ਸ਼ਾਂਤੀ ਦਾਤਾ ਪ੍ਰਭੂ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਸਭਨਾਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਉਸ ਪਰਮੇਸ਼ਵਰ ਦਾ ਧੰਨਵਾਦ ਹੋ ਜਿਨੇ ਇੱਥੋਂ ਤੋੜੀ ਤੁਹਾਡੀ ਮੇਰੀ ਸਹਾਇਤਾ ਕੀਤੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਹਾਇਤਾ ਕਰੇਗਾ। ਪ੍ਰਭੂ ਯੀਸ਼ੂ ਮਸੀਹ ਕ੍ਰੂਸ ਦੇ ਉੱਤੇ ਚੜ੍ਹਨ ਤੋਂ ਪਹਿਲਾਂ ਯਰੂਸ਼ਲੇਮ ਸ਼ਹਿਰ ਦੇ ਵਿੱਚ ਜਦੋਂ ਪ੍ਰਵੇਸ਼ ਕੀਤਾ ਸੀ, ਜਿਸ ਨੂੰ ਖਜੂਰ ਦੀਆਂ ਟਹਿਣੀਆਂ ਲੈ ਕੇ ਲੋਕ ਉਸ ਦੇ ਸਵਾਗਤ ਕਰਦੇ ਸੀ, ਜਿਸ ਦਿਨ ਨੂੰ ਖਜੂਰ ਐਤਵਾਰ ਕਿਹਾ ਜਾਂਦਾ ਹੈ, ਉਸ ਤੋਂ ਬਾਅਦ ਵਾਲਾ ਜਿਹੜੇ ਦਿਨ ਜਿਸ ਵਿੱਚ ਉਹ ਆਪਣੇ ਚੇਲਿਆਂ ਨਾਲ ਬਹੁਤ ਖਾਸ ਗੱਲਾਂ ਜੋ ਕਰ ਰਿਹਾ ਸੀ ਤੇ ਸਿਖਾ ਰਿਹਾ ਸੀ, ਉਸ ਦੇ ਵੱਲ ਆਪਾਂ ਧਿਆਨ ਦੇਈਏ। ਯੂਹੰਨਾ ਦੀ ਇੰਜਿਲ ਅਧਿਆਏ 14 ਦੇ 18 ਆਇਤ ਨੂੰ ਮੈਂ ਪੜ੍ਹਦਾ ਹਾਂ, ਜਿਸ ਵਿੱਚ ਲਿਖਿਆ ਹੈ, ਹੁਣ ਥੋੜੀ ਚਿਰ ਪਿੱਛੋਂ ਜਗਤ ਮੈਨੂੰ ਫਿਰ ਨਾ ਵੇਖੇਗਾ, ਪਰ ਤੁਸੀਂ ਮੈਨੂੰ ਵੇਖੋਗੇ, ਇਸ ਕਰਕੇ ਜੋ ਮੈਂ ਜੀਉਂਦਾ ਹਾਂ ਤੁਸੀਂ ਵੀ ਜੀਵੋਗੇ। ਪ੍ਰਭੂ ਯੀਸ਼ੂ ਮਸੀਹ ਦੇ ਉਹਨਾਂ ਆਖਰੀ ਦਿਨਾਂ ਦੇ ਵਿੱਚ ਉਹ ਆਪਣੇ ਚੇਲਿਆਂ ਨਾਲ ਇਹ ਗੱਲਾਂ ਕਹਿੰਦੇ ਹੋਏ ਉਹਨਾਂ ਨੂੰ ਉਤਸ਼ਾਹਿਤ ਕਰਦਾ ਹੈ ਕਿ ਮੈਂ ਜਾ ਰਿਹਾ ਹਾਂ ਪਰ ਤੁਸੀਂ ਇਕੱਲੇ ਨਹੀਂ ਹੋਵੋਗੇ। ਵਚਨ 'ਚ ਇਹ ਵੀ ਲਿਖਿਆ ਹੈ ਕਿ ਮੈਂ ਤੁਹਾਨੂੰ ਅਨਾਥ ਨਾ ਛੱਡਾਂਗਾ, ਮੈਂ ਤੁਹਾਡੇ ਕੋਲ ਆਵਾਂਗਾ, ਹੁਣ ਥੋੜੇ ਚਿਰ ਪਿੱਛੋਂ ਜਗਤ ਮੈਨੂੰ ਫਿਰ ਨਾ ਵੇਖੇਗਾ। ਜਿਸਦਾ ਇਹ ਮਤਲਬ ਹੈ ਕਿ ਪਿਤਾ ਦੀ ਯੋਜਨਾ ਦੇ ਅਨੁਸਾਰ ਮੈਂ ਜਗਤ ਨੂੰ ਛੱਡ ਕੇ ਉਹਦੇ ਕੋਲ ਜਾ ਰਿਹਾ ਹਾਂ ਤੇ ਮੈਂ ਜ਼ਰੂਰ ਆਪਣੇ ਪਿਤਾ ਤੋਂ ਇੱਕ ਗੱਲ ਮੰਗਾਂਗਾ ਔਰ ਉਹ ਤੁਹਾਨੂੰ ਦੂਜਾ ਸਹਾਇਕ ਬਖਸ਼ੇਗਾ, ਭਾਈ ਉਹ ਸਦਾ ਤੁਹਾਡੇ ਸੰਗ ਰਹੇ। ਜਿਸ ਤੋਂ ਹਰੇਕ ਨੂੰ ਇਹ ਪਤਾ ਲੱਗ ਰਿਹਾ ਹੈ ਕਿ ਉਹ ਆਪਾਂ ਨੂੰ ਅਨਾਥ ਨਹੀਂ ਛੱਡ ਰਿਹਾ ਹੈ ਬਲਕਿ ਤੁਹਾਡੇ ਮੇਰੇ ਲਾਇਕ ਇੱਕ ਸਹਾਇਕ ਦੇ ਜਾ ਰਿਹਾ ਹੈ। ਵਚਨ 'ਚ ਲਿਖਿਆ, ਤੁਸੀਂ ਆਪਣੀ ਸਾਰੀ ਚਿੰਤਾ ਮੇਰੇ ਉੱਤੇ ਸੁੱਟ ਛੱਡੋ ਕਿਉਂਕਿ ਮੈਂ ਤੁਹਾਡਾ ਫਿਕਰ ਕਰਨ ਵਾਲਾ ਪਰਮੇਸ਼ਵਰ ਹਾਂ। ਪ੍ਰਿਯੋ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਕਿ ਯਿਸੂ ਮਸੀਹ ਦੇ ਜਾਣ ਤੋਂ ਬਾਅਦ ਮੇਰਾ ਖਿਆਲ ਰੱਖਣ ਵਾਲਾ ਕੌਣ ਹੋਵੇਗਾ। ਉਹ ਆਪੇ ਫਿਕਰ ਕਰਦਾ ਹੈ ਤੇ ਕਹਿੰਦਾ, ਪਿਤਾ ਕੋਲੋਂ ਮੈਂ ਤੁਹਾਡੇ ਲਈ ਇੱਕ ਚੰਗਾ ਸਹਾਇਕ ਨੂੰ ਭੇਜਦਾ ਹਾਂ। ਚੰਗਾ ਸਹਾਇਕ ਉਹ ਹੈ ਜੋ ਪਵਿੱਤਰ ਆਤਮਾ ਹੈ। ਦੇਖੋ ਅੱਗੇ ਕਹਿ ਰਿਹਾ ਹੈ, ਮੈਂ ਤੁਹਾਨੂੰ ਸੱਚਮੁੱਚ ਇਹ ਆਖਦਾ ਹਾਂ ਕਿ ਜੋ ਮੇਰੇ ਉੱਤੇ ਨੇਚਾ ਕਰਦਾ ਹੈ ਸੋ ਇਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਵੀ ਕਰੇਗਾ, ਸਗੋਂ ਇਹਨਾਂ ਨਾਲੋਂ ਵੱਡੇ ਕੰਮ ਕਰੇਗਾ। ਯਿਸੂ ਮਸੀਹ ਇਹ ਚਾਹੁੰਦਾ ਹੈ ਕਿ ਹਾਂ, ਮੇਰੇ ਹੁੰਦਿਆਂ ਜੋ ਵੀ ਕੰਮ ਹੋਇਆ ਕਿਤੇ ਮੇਰੇ ਜਾਣ ਤੋਂ ਬਾਅਦ ਉਹ ਕੰਮ ਰਹਿ ਨਾ ਜਾਏ। ਇਸ ਕਰਕੇ ਉਹ ਆਪਣੇ ਲੋਕਾਂ ਨੂੰ ਉਹ ਅਧਿਕਾਰ ਦੇ ਜਾ ਰਿਹਾ ਹੈ ਕਿ ਪਵਿੱਤਰ ਆਤਮਾ ਤੁਹਾਡੇ ਸੰਗ ਹੋਵੇਗਾ, ਜਿਹੜਾ ਵਿਸ਼ਵਾਸ ਕਰੇ ਉਸ ਤੋਂ ਇਹ ਵੱਡੇ ਵੱਡੇ ਕੰਮ ਹੋਣਗੇ ਜ਼ਰੂਰ। ਜਿਸਦਾ ਇਹ ਮਤਲਬ ਹੈ, ਭਾਈ ਵੱਡੇ ਵੱਡੇ ਕੰਮਾਂ ਨੂੰ ਵੇਖਣ ਲਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਵੱਡੇ ਦੂਰ ਦੂਰ ਜਾ ਆਓ। ਜਿੱਥੇ ਤੁਸੀਂ ਆਪ ਰਹਿੰਦੇ ਉੱਤੇ ਪਰਮੇਸ਼ਵਰ ਦੇ ਉੱਤੇ ਨੇਚਾ ਕਰਦੇ ਹੋਏ ਪਿਤਾ ਕੋਲੋਂ ਮੰਗੋ ਤਾਂ ਉਹ ਤੁਹਾਡੇ ਲਈ ਉਹ ਵੱਡੇ ਵੱਡੇ ਕੰਮ ਜ਼ਰੂਰ ਕਰੇਗਾ ਜਿਸ ਨੂੰ ਤੁਸੀਂ ਆਪ ਆਪਣੇ ਅੱਖਾਂ ਨਾਲ ਵੇਖੋਗੇ ਜ਼ਰੂਰ। ਯਿਸੂ ਮਸੀਹ ਇਹ ਚਾਹੁੰਦਾ ਹੈ ਕਿ ਪਵਿੱਤਰ ਆਤਮਾ ਦੀ ਸਾਮਰਥ ਨੂੰ ਪਾ ਕੇ ਮੇਰੇ ਨਾਮ ਨੂੰ ਲੈ ਕੇ ਪਿਤਾ ਕੋਲ ਜੋ ਵੀ ਤੁਸੀਂ ਮੰਗੋ ਤਾਂ ਉਹ ਤੁਹਾਡੇ ਲਈ ਹੋਵੇਗਾ, ਕਿਉਂਕਿ ਲਿਖਿਆ ਹੈ, ਔਰ ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋਗੇ ਮੈਂ ਸੋ ਹੀ ਕਰਾਂਗਾ ਤਾਂ ਜੋ ਪੁੱਤਰ ਵਿੱਚ ਪਿਤਾ ਦੀ ਵਡਿਆਈ ਹੋਵੇ। ਸੋ ਉਹ ਚਾਹੁੰਦਾ ਹੈ ਕਿ ਆਪਾਂ ਇਹਨਾਂ ਗੱਲਾਂ ਨੂੰ ਸਮਝੀਏ। ਦੇਖੋ ਬਹੁਤ ਚਿਰ ਪਹਿਲਾਂ ਦਾਊਦ ਵੀ ਇਹੀ ਗੱਲ ਕਹਿ ਰਿਹਾ ਹੈ ਕਿ ਹਾਂ, ਕਿ ਪਰਮੇਸ਼ਵਰ ਆਪਾਂ ਨੂੰ ਉਹ ਬੁੱਧੀ ਦੇਵੇ ਜਾਂ ਉਹ ਸਮਝ ਦੇਵੇ ਜਿਸ ਦੇ ਰਾਹੀਂ, ਉਹ ਕਹਿੰਦਾ ਕਿ ਮੈਂ ਤੁਹਾਨੂੰ ਸਮਝ ਦਿਆਂਗਾ ਤੇ ਜਿਸ ਰਾਹ ਦੇ ਉੱਤੇ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ। ਉਹ ਸਲਾਹ ਦੇਣ ਵਾਲਾ ਕੌਣ ਹੈ? ਪਵਿੱਤਰ ਆਤਮਾ ਹੈ ਜੋ ਹਰ ਪਲ ਤੁਹਾਡੇ ਸੰਗ ਰਹੇਗਾ, ਤੁਹਾਨੂੰ ਜ਼ਿੰਦਗੀ ਦੀਆਂ ਰਾਹਾਂ ਦੇ ਉੱਤੇ ਚੱਲਣੇ ਦਾ ਰਾਹ ਦਿਖਾਉਣ ਵਾਲਾ ਹੈ। ਸੋ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਡੇ ਅੰਗ ਸੰਗ ਰਹੇ ਤੇ ਤੁਹਾਨੂੰ ਸੰਭਾਲੇ। ਆਈਏ ਪ੍ਰਾਰਥਨਾ ਕਰੇ। ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ, ਧੰਨਵਾਦ ਕਰਦਿਆਂ ਤੁਹਾਡੇ ਦਿੱਤੇ ਹੋਏ ਉਸ ਚੰਗਾ ਸਹਾਇਕ ਦੇ ਲਈ। ਹੁਣ ਦੇ ਆਸਮਾਨੀ ਖੁਦਾ, ਅਸੀਂ ਹਰ ਪਲ ਉਸਦੀ ਸਲਾਹ ਦੇ ਉੱਤੇ ਚੱਲਣੇ ਵਾਲੇ ਬਣੀਏ, ਤਾਂ ਕਿ ਪ੍ਰਭੂ ਜੀ ਕਿਸੇ ਹਾਲਾਤ ਦੇ ਵਿੱਚ ਤੇਰੇ ਕਹੇ ਹੋਏ ਵਚਨਾਂ ਤੋਂ ਅਸੀਂ ਪਿੱਛੇ ਚੱਲਣ ਵਾਲੇ ਨਾ ਹੋਈਏ। ਤੁਹਾਡੀ ਕਿਰਪਾ ਹਰੇਕ ਦੇ ਉੱਤੇ ਮੰਗਦੇ ਹੋਏ ਪ੍ਰਾਰਥਨਾ ਯੀਸ਼ੂ ਨਾਸਰੀ ਦੇ ਨਾਮ ਦੇ ਵਿੱਚ ਮੰਗਦੇ ਹਾਂ, ਆਮੇਨ ਆਮੇਨ। ਹਰੇਕ ਨੂੰ ਧੰਨਵਾਦ ਕਰਦਾ ਹਾਂ, ਤੁਸੀਂ ਰੋਜ਼ ਇਹਨਾਂ ਵਚਨਾਂ ਨੂੰ ਸੁਣ ਰਹੇ ਹੋ ਤੇ ਮੈਂ ਬੇਨਤੀ ਕਰਦਾ ਹਾਂ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਥੇਰੇ ਨਵੇਂ ਲੋਕਾਂ ਤੱਕ ਵੀ ਪਹੁੰਚਾਓ ਤਾਂ ਕਿ ਉਹ ਵੀ ਵਚਨਾਂ ਨੂੰ ਸੁਣੇ। ਥੈਂਕ ਯੂ ਸੋ ਮਚ। ਗਾਡ ਬਲੈਸ ਯੂ ਆਲ।